ਤੁਹਾਨੂੰ ਪਤਾ ਹੀ ਹੈ ਕਿ ਆਪਾਂ ਇਹ ਜਿਹੜੇ ਕ੍ਰਿਮੀਨਲ ਐਕਟੀਵਿਟੀਜ਼ ਔਰ ਕ੍ਰਾਈਮ ਕ੍ਰਿਮੀਨਲ ਦੇ ਉੱਤੇ ਪੂਰੀ ਆਪਾਂ ਨਜ਼ਰ ਰੱਖ ਰਹੇ ਹਾਂ ਔਰ ਇੱਕ ਦੋ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀ ਕਿ ਕੁਝ ਕ੍ਰਿਮੀਨਲ ਜਿਹੜੇ ਹੈ ਉਹ ਇੱਥੇ ਤੁਰੇ ਫਿਰਦੇ ਨੇ ਸਾਡੇ ਡੀ ਸੀ ਪੀ ਸਾਹਿਬ ਜਿਹੜੇ ਮੁਕਿੰਦਰ ਸਾਹਿਬ ਔਰ ਏ ਡੀ ਸੀ ਪੀ ਸਾਹਿਬ ਇਹ ਸਤਰਕ ਸੀਗੇ ਔਰ ਇਹਨਾਂ ਦਾ ਸਾਰਾ ਉਹ 66 ਏਰੀਏ ਦੇ ਵਿੱਚ ਅੱਜ ਫਿਰ ਇਨਫੋਰਮੇਸ਼ਨ ਸਵੇਰ ਦੇ ਟਾਈਮ ਆਈ ਕਿ ਕੋਈ ਸ਼ੱਕੀ ਜਿਹੜੀ ਹੈ ਗੱਡੀ ਜਿਹੜੀ ਹੈ ਉਹ ਇਨੋਵਾ ਗੱਡੀ ਆ ਉਹਦੇ ਵਿੱਚ ਕੁਝ ਕ੍ਰਿਮੀਨਲ ਜਿਹੜੇ ਆ ਉਹਦੇ 'ਚ ਕਰ ਰਹੇ ਆ ਸੋ ਉਹਦੇ ਵਿੱਚ ਬਹੁਤ ਹੀ ਦਲੇਰੀ ਦੇ ਨਾਲ ਮੁਸ਼ਤੈਦੀ ਦੇ ਨਾਲ ਸਾਡੇ ਜਿਹੜੇ ਐੱਸ ਐੱਚ ਓ ਛੇਹਟਾ ਪਲੱਸ ਚੌਕੀ 4 6 ਉਹਨਾਂ ਨੇ ਉਸ ਵਾਹੀਕਲ ਨੂੰ ਪਹਿਲਾਂ ਲੋਕੇਟ ਕੀਤਾ ਔਰ ਉਹਨੂੰ ਚੇਸ ਕੀਤਾ ਉਹਨਾਂ ਨੇ ਜਿਹੜੇ ਕ੍ਰਿਮੀਨਲਸ ਨੇ ਜਿਹੜੇ ਗੈਂਗਸਟਰ ਟਾਈਪ ਨੇ ਉਹ ਉਹਨਾਂ ਨੇ ਉਹ ਜਿਹੜੀ ਵਾਹੀਕਲ ਹੈ ਕਿਸੇ ਇੱਕ ਬਹੁਤ ਹੀ ਜਿਹੜਾ ਕੰਜਸਟਿਡ ਏਰੀਆ ਵਾਲੇ ਪਾਸੇ ਲੈ ਗਿਆ ਪਰ ਇਹ ਜਿਹੜੇ ਸਾਡੇ ਆਫਿਸ਼ੀਅਲ ਸੀਗੇ ਇਹਨਾਂ ਨੇ ਦੋਵੇਂ ਪਾਸਿਓਂ ਘੇਰਾ ਪਾ ਕੇ ਅਤੇ ਉਹਨੂੰ ਫਿਰ ਵਾਹੀਕਲ ਦੇ ਨਾਲ ਹੀ ਜਿਹੜਾ ਸਾਡੇ ਚੌਕੀ ਇੰਚਾਰਜ ਛੇਹਟਾ ਸੀ ਉਹਨੇ ਅੱਗੇ ਉਹਨੂੰ ਬਲੌਕ ਕੀਤਾ ਬਲੌਕ ਕਰਨ ਦੇ ਨਾਲ ਉਹਨਾਂ ਨੇ ਉਹ ਵਾਹੀਕਲ ਛੱਡ ਕੇ ਉਹ ਗਲੀਆਂ 'ਚ ਭੱਜੇ ਨੇ ਡਿਫਰੈਂਟ ਡਿਫਰੈਂਟ ਡਾਇਰੈਕਸ਼ਨ 'ਚ ਸੋ ਸਾਡੇ ਦੋਸਤ ਨੇ ਉਹਦਾ ਪਿੱਛਾ ਕੀਤਾ ਉਹਨਾਂ ਨੇ ਉਹ ਭੱਜਦਿਆਂ ਵੀ ਉਹਨਾਂ ਦੇ ਉੱਤੇ ਫਾਇਰ ਕੀਤੇ ਸੋ ਪਹਿਲਾਂ ਤਾਂ ਉਹਨਾਂ ਨੂੰ ਲੋਕੇਟ ਕੀਤਾ ਔਰ ਲੋਕੇਟ ਕਰਕੇ ਸਾਡੇ ਮੁਲਾਜ਼ਮਾਂ ਨੇ ਵੀ ਜਿਹੜੇ ਹੈ ਉਹਨਾਂ ਨੇ ਅੱਗੋਂ ਜਵਾਬੀ ਫਾਇਰਿੰਗ ਵੀ ਕੀਤੀ ਬਟ ਇਹ ਦੇਖਦਿਆਂ ਹੋਇਆ ਕਿਉਂਕਿ ਉਹ ਬਹੁਤ ਹੀ ਕੰਜੈਸਟਿਡ ਏਰੀਆ ਤੁਹਾਨੂੰ ਸਭ ਨੂੰ ਪਤਾ ਕਿ ਛੇਹਟੇ ਦਾ ਉਹ ਜਿਹੜਾ ਬਾਜ਼ਾਰ ਵਾਲਾ ਏਰੀਆ ਬਹੁਤ ਹੀ ਕੰਜੈਸਟਿਡ ਹੈ ਤਾਂ ਕਿ ਕਿਸੇ ਦਾ ਕੋਈ ਸਿਵਿਲੀਅਨ ਦਾ ਨੁਕਸਾਨ ਨਾ ਹੋਵੇ ਔਰ ਉਹ ਫਿਰ ਕੁਛ ਘਰਾਂ ਦੇ ਵਿੱਚ ਵੜ ਗਏ ਉਹਨਾਂ ਦੇ ਕੋਠਿਆਂ ਵਗੈਰਾ ਦੇ ਟੱਪਦਿਆਂ ਟਪਾਉਂਦਿਆਂ ਉਹ ਸਾਡੇ ਮੁਲਾਜ਼ਮਾਂ ਨੇ ਕਾਫੀ ਦਲੇਰੀ ਦੇ ਨਾਲ ਕੋਈ 4-5 ਕਿਲੋਮੀਟਰ ਦੌੜ ਦੂੜ ਕੇ ਉਹਨਾਂ ਦਾ ਪਿੱਛਾ ਕੀਤਾ ਅਤੇ ਅਲਟੀਮੇਟਲੀ ਫਿਰ ਉਹਨਾਂ ਨੂੰ ਉਹਨਾਂ 'ਚੋਂ ਦੋ ਜਿਹੜੇ ਕ੍ਰਿਮੀਨਲ ਹੈ ਰਵੀ ਨਾਂ ਦਾ ਕ੍ਰਿਮੀਨਲ ਹੈ ਅਤੇ ਇੱਕ ਰੋਬਿਨ ਨਾਂ ਦਾ ਕ੍ਰਿਮੀਨਲ ਹੈ ਇਹਨਾਂ ਨੂੰ ਦਬੋਚਿਆ ਔਰ ਉਹਨਾਂ ਤੋਂ 5 ਜਿਹੜੇ ਸਾਨੂੰ ਵੈਪਨਸ ਜਿਹੜੇ ਹੈ ਉਹ ਰਿਕਵਰ ਹੋਏ ਆ ਔਰ ਜ਼ਿੰਦਾ ਕਾਰਤੂਸ ਵੀ ਕੋਈ 16-17 ਕਾਰਤੂਸ ਵੀ ਅਵੇਲੇਬਲ ਹੋਏ ਆ ਹੁਣ ਉਹਨਾਂ ਨੂੰ ਅਸੀਂ ਉਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਔਰ ਉਸ ਤੋਂ ਬਾਅਦ ਬਾਕੀ ਹੋਰ ਉਹਨਾਂ ਦਾ ਕਿਹੜੇ ਸਾਥੀ ਹੋ ਸਕਦੇ ਨੇ ਆ ਕੀ ਕਰਨਾ ਉਹ ਸਾਰੀਆਂ ਜਿਹੜੀਆਂ ਸਾਡੀਆਂ ਇਨਵੈਸਟੀਗੇਸ਼ਨ ਚੱਲ ਰਹੀਆਂ ਜਿਹੜੇ ਵੈਪਨ ਦੇਖੋ ਇਹ ਜਿਹੜੇ ਪਿਸਟਲ ਟਾਈਪ ਹੁੰਦੇ ਨੇ ਇਹ ਤੁਸੀਂ ਸਿੱਧੇ ਤੌਰ 'ਤੇ ਕੰਟਰੀ ਮੇਡ ਨਹੀਂ ਕਹਿ ਸਕਦੇ ਪਰ ਚੰਗੇ ਜਿਹੜੇ ਹੈ ਵੈਪਨ ਉਹ ਲੱਗਦੇ ਆ ਉਹਦੇ 'ਚੋਂ 1-2 ਸ਼ਾਇਦ ਕੰਟਰੀ ਮੇਡ ਟਾਈਪ ਹੋਣ ਬਾਕੀ ਜਿਹੜੇ ਨੇ ਉਹ ਕਾਫੀ ਸਫਿਸਟੀਕੇਟਿਡ ਔਰ ਵੈਲ ਮਾਰਕਡ ਨੇ ਬਟ ਉਹ ਜਿਹੜਾ ਫੋਰੈਂਸਿਕ ਤੋਂ ਐਗਜੈਕਟਲੀ ਪਤਾ ਲੱਗੇਗਾ ਇਹ ਸਲੋਵਾਕੀਆ ਵਾਲੇ ਨਹੀਂ ਹੈਗੇ ਇਹ ਬਲੌਕ ਨਾਂ ਦੇ ਹੈ ਨੋਰਮਲੀ ਇਹ ਕੀ ਕਰਦੇ ਜਿਹੜਾ ਉਹਦਾ ਮਾਰਕਾਂ ਨੂੰ ਕੋਈ ਰੇਜ਼ ਆਊਟ ਕਰਦੇ ਨੇ ਬਟ ਉਹ ਚੰਗੀ ਕੁਆਲਿਟੀ ਦੇ ਨੇ ਔਰ ਜਿਹੜੇ ਵੈਪਨ ਆਪਾਂ ਕਹਿ ਸਕਦੇ ਹਾਂ ਕਲੌਕ ਟਾਈਪ ਜਿਹੜੇ ਆਪਾਂ 34 ਦੇ ਵੈਪਨ ਜਿਹੜੇ ਪਕੜਿਆ ਸੀ ਸਲੋਵਾਕੀਆ ਵਾਲੇ ਜਿੰਨੂੰ ਗਨ ਬਰਾਮਦ ਹੋਈ ਸੀ ਨਹੀਂ ਉਹ ਸਲਵਾਕੀਆ ਵਾਲਾ ਜਿਹੜਾ ਗਨ ਵਾਲਾ ਸੀਗਾ ਜਿਹੜਾ ਅਸੀਂ ਫੜਿਆ ਹੈਗਾ ਇਹ ਤੇ ਮੋਡਿਊਲ ਕਿ ਹੋਰ ਜਿਹੜਾ ਕੇਸ ਜਿਹੜਾ ਕਿ ਤੁਹਾਨੂੰ ਪਤਾ ਹੀ ਹੈ ਕਿ 29 ਦੀ ਰਾਤ ਨੂੰ ਸਾਡੇ ਇੱਥੇ ਏਰੀਏ ਦੇ ਵਿੱਚ ਇੱਕ ਬਜ਼ੁਰਗ ਔਰਤ ਦਾ ਇੱਕ ਮਰਡਰ ਹੋ ਗਿਆ ਸੀਗਾ ਔਰ ਡੇ ਟਾਈਮ 'ਤੇ ਹੀ ਮਰਡਰ ਹੋਇਆ ਸੀਗਾ ਔਰ ਤਕਰੀਬਨ 4-5 ਦੇ ਵਿਚਕਾਰ ਜੇ ਹੋਇਆ ਔਰ ਸ਼ਾਮ ਨੂੰ ਗਏ ਉਹ ਇਕੱਲੀ ਲੇਡੀ ਰਹਿ ਰਹੀ ਸੀਗੀ ਉਸ ਘਰ ਦੇ ਵਿੱਚ ਅਤੇ ਕੁਝ ਪੀ ਜੀਜ਼ ਵਗੈਰਾ ਰਹਿੰਦੇ ਸੀ ਔਰ ਬਿਲਕੁਲ ਬਲਾਈਂਡ ਮਰਡਰ ਕੇਸ ਸੀਗਾ ਔਰ ਉਹਦਾ ਜਿਹੜਾ ਗਲੇ ਦੇ ਉੱਤੇ ਉਹ ਕੋਈ ਸ਼ਾਰਪ ਐਜ ਦੇ ਨਾਲ ਉਹਦਾ ਗਲਾ ਕੱਟਿਆ ਹੋਇਆ ਸੀਗਾ ਸੋ ਬਿਲਕੁਲ ਬਲਾਈਂਡ ਕੇਸ ਸੀਗਾ ਇਸ ਕੇਸ ਨੂੰ ਵੀ ਬੜਾ ਪ੍ਰੋਫੈਸ਼ਨਲ ਵੇ ਦੇ ਨਾਲ ਔਰ 24 ਘੰਟੇ ਦੇ ਵਿੱਚ ਸਾਡੇ ਜਿਹੜੇ ਆਫਿਸਰਸ ਨੇ ਖਾਸ ਕਰਕੇ ਡੀ ਐੱਸ ਪੀ ਖੋਸਾ ਵਰਿੰਦਰ ਖੋਸਾ ਬੈਠੇ ਨੇ ਏ ਡੀ ਸੀ ਪੀ ਸਾਹਿਬ ਬੈਠੇ ਨੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਔਰ ਉੱਥੋਂ ਉਹਦੇ ਜਿਹੜੇ ਪ੍ਰੋਫੈਸ਼ਨਲ ਵੇ ਦੇ ਨਾਲ ਸਾਰੀਆਂ ਜਿਹੜੀਆਂ ਉਹ ਸਿਸਟਮ ਦੇਖ ਕੇ ਅਤੇ ਉਹਦੇ ਵਿੱਚ ਵੀ ਜਿਹੜਾ 24 ਘੰਟੇ ਤੋਂ ਪਹਿਲਾਂ ਉਹ ਬਲਾਈਂਡ ਜਿਹੜਾ ਮਰਡਰ ਸੀਗਾ ਜਿਹੜਾ ਵੀ ਕਾਫੀ ਸੈਂਸੇਸ਼ਨਲ ਲੱਗਦਾ ਸੀ ਆਪਾਂ ਨੂੰ ਇਲਾਕਿਆਂ ਨੂੰ ਅਸੀਂ ਨੂੰ ਲੱਗਦਾ ਸੀ ਕੋਈ ਵਾਰਦਾਤ ਹੈ ਇਹ ਕੌਣ ਬੰਦੇ ਹੋ ਸਕਦੇ ਆ ਕੋਈ ਡਰੱਗੀ ਹੋ ਸਕਦਾ ਹੈ ਕੌਣ ਹੋ ਸਕਦਾ ਹੈ ਕੋਈ ਕ੍ਰਿਮੀਨਲ ਹੈ ਉਹ ਸੋਲਵ ਕਰ ਲਿਆ ਉਸ ਦੇ ਵਿੱਚ ਜਿਹੜੇ ਜਿਨ੍ਹਾਂ ਦੀ ਮ੍ਰਿਤੂ ਹੋਈ ਸੀਗੀ ਉਹ ਸਵਿਤਾ ਦੇਵੀ ਸੀਗੇ ਜਿਨ੍ਹਾਂ ਦੀ ਉਮਰ ਲਗਭਗ 60 ਸਾਲ ਦੀ ਸੀਗੀ ਉਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਉਹ ਸੁਮੀਤ ਉਰਫ ਸ਼ਮਸ਼ੇਰ ਸਿੰਘ ਇਹਦਾ ਜਿਹੜਾ ਇਹਨੂੰ ਅਸੀਂ ਅਰੈਸਟ ਕਰ ਲਿਆ ਔਰ ਅਰੈਸਟ ਕਰਕੇ ਉਹਦੇ ਜਿਹੜੇ ਜਿਸ ਵੈਪਨ ਦੇ ਨਾਲ ਉਹਨੇ ਮਰਡਰ ਕੀਤਾ ਉਹ ਵੈਪਨ ਵੀ ਰਿਕਵਰ ਕਰ ਲਿਆ ਜਿਹੜੇ ਉਸ ਦਿਨ ਉਹਨੇ ਕੱਪੜੇ ਪਾਏ ਸੀਗੇ ਉਹ ਵੀ ਰਿਕਵਰ ਕਰ ਲਿਆ ਬਾਕੀ ਜਿੰਨੀਆਂ ਵੀ ਸਾਡੀਆਂ ਇਨਵੈਸਟੀਗੇਸ਼ਨ ਦੇ ਹੈਗੇ ਆ ਉਹਦੇ
ब्लड दे स्कैन होर जिन्हिया भी चीज़ा सगिया वो असी रिकवर कर ली है। और दसन वाली गल है कि असी उस वेले जो ये वारदात हुई साढ़े DCP साहब भी गए मौके पर, तो वह वारदात तो जिम्मे घंटे बाद असी इमीजिएटली गए, थ्यूरीज बनिया सारा देखिया, तो वो DCP साहब भुपिंदर सिंह होनी गए तो उत्थे वह भी खड़ा होया भी हाँ जी मर्डर हो गया और वो घर के बिल्कुल सामने घर से, और तुसी ये सोच ही नहीं सकते होंगे भी ये सामने है और सामने नाल थोड़े पूछ रहे जी ये वारदात हो गई है किवें हो गई है जी दिस एंड दैट है। पर इन्होंने बड़ा इन्हों साडे जिहड़े ऑफिसर्स ने एक तरह के ना बड़े साइकोलॉजिस्ट होंगे ने फेस रीड भी किया भी किहो जे बंदे ने, सो असी उस तो बाद विद इन 12 hours टैक्निकल। थर्ड जिहड़ा केस मैं थोड़े नाल रूबरू होना चाहना वा वो ये है कि जिहड़ा साडा थोड़े नाल एक बेसिक कंसैप्ट सेगा कि असी जिहड़ी प्रोफेसनल पुलिसिंग पब्लिक दे सहयोग दे नाल असी वो करा जा रहे हैं, और असी वो पिछे जे भी गल कर रहे सी कि नेबरहुड वॉच स्कीम, क्योंकि तुसी सारे ही जिहड़े पब्लिक जिन्हें भी इत्थों दे बछिंदे ने वो एक तरह दे नाल वो हर बंदा ही पुलिस ऑफिसर एंड प्लेन क्लोथ्स, क्योंकि जिहड़े अमन पसंद लोग ने वो इस सोसाइटी दे विच उन्हां नूं अपने आप नूं भी जिहड़ा हैगा वो सोसाइटी दा एक पार्ट मनदे होया उन्हों अलर्ट रहिंदी सीगी। सो इस दे तत्पर सानू कुछ एक इनफॉर्मेशन ये आई कि किसी एक पॉश एरिए दे विच जिहड़ा कि एयरपोर्ट रोड दे नेड़े हैगा फार्म एरिए दे विच किसी एक कोठी दे विच उन्हां नूं लगी कि कोई अननैचुरल जी गल हो रही है या कुछ बहुते बंदे जिहड़े है वो अननोन जे बंदे उत्थे एक्टिव हैगे ने। सिर्फ इन्नी ही इनफॉर्मेशन दे उत्ते साढ़े जिहड़े एयरपोर्ट दे SHO साहिबान ने उन्होंने मुशाहदी दिखाई और अपने जिहड़े एयरपोर्ट दे DSP साहिबान ने और अपने ADCP दे कमांड थले इन्होंने उहदे ते इमीजिएटली असी उहनूं जिहड़ा कल रात रेड किया, उस रेड दे विच उत्थे जिहड़े है ऑलमोस्ट 13 जिहड़े व्यक्ति जिहड़े ने वो अरैसट किए ने, और ये 13 व्यक्ति जिहड़े ने ये टोटल छत्तीसगढ़ एरिए तो इत्थे आए हुए सीगे, एक पॉश एरिए दे विच घर लै के 2-3 महीनिया तो इत्थे रह रहे सीगे, और उहदे विच इक इन्हां ने अपना एक कंट्रोल रूम टाइप बनाया होया सीगा। उस कंट्रोल रूम च जिदा तुसी देख रहे हो ये असी उतों 5 जिहड़े लैपटॉप और 17 क मोबाइल ये उन्होंने एक सिस्टम बनाया होया सीगा जिदे विच इत्थे एक बैटिंग दा जिहड़ा जिन्हों कि आपां वो गेमिंग दा वो एक अपना सिस्टम बनाया होया सीगा, और जिहड़ा तुहाडे माध्यम दसना चाहवांगा कि जिहड़ा यूथ है उन्हां नूं इन्हां दी अपनी वैबसाइट्स दे विच लिया के उन्हां तों उहदे विच ला के और फिर ये जिहड़ा समझ लो कि लुट्टण वाली काम ही है कि गेमिंग दे विच इहनूं ला रहे सीगे, इहदा असीं पर्दाफाश कीता और 13 बंदे अरैसट किए ने, और ये जिहड़ा इलैक्ट्रॉनिक इक्विपमेंट है इहनूं असीं रिकवर किया अलोंग विद द जिहड़े तुहाडे जिहड़े मोबाइल फोनस ने, और उहदी अगे फरदर इनवैसटीगेशन करके जिहड़ा असीं इहदे ते फरदर इनवैसटीगेट करांगे। मैं दसना चाहवांगा कि जिहड़ा हैगा जिहड़ा कि छत्तीसगढ़ दा ही है और वो पुणे यूनिवर्सिटी का BCOM की डिग्री हासिल की हुई है, सो वो कंप्यूटर वो जानता है सारा सिस्टम है, और बाकी असी सारी उतों भी वेरीफाई कर रहे हैं कि देखो ये है कि यह सारिया इन्वेस्टिगेशन की गल्ला 13 दे 13 बंद ने एक लिया हैगा असी कितों आए किमें आए कि आए की लिंकेज है, बट ਇਹ ਗੱਲ ਹੈ ਕਿ ਇਹ 13 ਦੇ 13 ਜਿਹੜੇ ਹੁਣ ਆਪਾਂ ਫੜੇ ਹੈ ਔਰ ਜਿਹੜਾ ਉਸ ਵੇਲੇ ਮੌਕੇ 'ਤੇ ਹਾਜ਼ਰ ਸੀਗੇ, ਔਰ ਇਹ ਜਿਹੜਾ ਇਕਿਪਮੈਂਟ ਹੈ ਜੋ ਹੈ ਅਸੀਂ ਇਹ ਸਾਰਾ ਡਾਟਾ ਨੂੰ ਵੀ ਐਨਾਲਿਸਿਸ ਕਰ ਰਹੇ ਹਾਂ, ਔਰ ਇਹਨਾਂ ਦੇ ਕੁਛ ਅਕਾਊਂਟ ਵੀ ਖੋਲ੍ਹੇ ਹੋਣਗੇ ਔਰ ਅਕਾਊਂਟ ਦੇ ਵਿੱਚੋਂ ਪੈਸੇ ਵੀ ਆਉਂਦੇ ਹੋਣਗੇ, ਉਹ ਸਾਰੇ ਦਾ ਸਾਰਾ ਜਿਹੜਾ ਉਹ ਨੈਟਵਰਕ ਜਿਹੜਾ ਉਹ ਬਾਹਰ ਆਏਗਾ। ਐਂਡ ਸੈਕਿੰਡਲੀ ਕਿ ਇਹ ਜਿਹੜੇ ਇਹੋ ਜਿਹੇ ਔਨਲਾਈਨ ਗੇਮਿੰਗ ਵਾਲਾ ਹੈ ਉਹ ਇੱਕ ਵੈਬ ਡਿਜ਼ਾਈਨ ਕੀਤਾ